जिस पंजाबी देखते हुए सारे दर्शकों ने मेरे वाले प्यार भरी सत श्री अकाल तुहाडा स्वागत प्रोग्राम अज दा मुद्दा दे विच मैं तुहाडी होस्ट आशमिता सब तो पहले इट्स द फोर्थ थर्सडे इन नवंबर चौथा थर्सडे नवंबर दा पैंदा दैट मीनस इट्स थैंक्सगिविंग सारिआं नूं हैप्पी थैंक्सगिविंग इस साल ए हॉलीडे जिथे ट्रेडिशनली अमेरिका दे विच लोकी फैमिली दे नाल मिलदे है जुलदे इकट्ठे हुंदे है खाना पीना हुंदा है शॉपिंग हुंदी है ट्रैवल हुंदा है इट्स द मोस्ट व्हीक्यूलर मतलब सब तो ज़्यादा गड्डियाँ अज दी डेट विच ट्रैवल कर दी हैं लोकी फैमिली नू दूरों आके मिलदे है इट्स जस्ट अ नाइस फील गुड हॉलीडे सो इस साल वो चीज़ थोड़ी डिफरेंट लग रही है एंड होपफुली ਤੁਸੀਂ ਸਾਰੀ ਗਾਈਡਲਾਈਨਸ ਨੂੰ ਫੋਲੋ ਕਰਕੇ ਸੋਸ਼ਲੀ ਡਿਸਟੈਂਸਿੰਗ ਮੇਨਟੇਨ ਕਰ ਰਹੇ ਹੋ ਫੈਮਿਲੀ ਦੇ ਨਾਲ ਫੋਨ 'ਤੇ ਜਾਂ ਫੇਸ ਟਾਈਮ ਰਾਹੀਂ ਮਿਲ ਰਹੇ ਹੋ ਸੇਫਟੀ ਮੇਨਟੇਨ ਕਰ ਰਹੇ ਹੋ ਬਟ ਇਨ ਐਨੀ ਕੇਸ ਅਗਰ ਤੁਸੀਂ ਕੁਛ ਨਹੀਂ ਕਰ ਰਹੇ ਥੈਂਕਸਗਿਵਿੰਗ ਲਈ ਸਾਡੇ ਨਾਲ ਜੁੜੇ ਹੋ ਦੈਨ ਮੈਨੂੰ ਮੌਕਾ ਦਿਓ ਥੋੜ੍ਹੀ ਜਿਹੀ ਇਸ ਹੋਲੀਡੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਲਈ ਇਹ ਜੋ ਤਿਉਹਾਰ ਮਨਾਇਆ ਜਾਂਦਾ ਯੂਨਾਈਟਿਡ ਸਟੇਟਸ ਵਿੱਚ ਇਹਦੀ ਹਿਸਟਰੀ ਜਾਂਦੀ ਹੈ ਇਸ ਕੰਟਰੀ ਦੇ ਬਿਲਕੁਲ ਸਟਾਰਟਿੰਗ ਤੱਕ ਜਦੋਂ ਇੱਥੇ ਜੋ ਨੇਟਿਵ ਅਮੈਰੀਕਨ ਸੀਗੇ ਜਿਨ੍ਹਾਂ ਨੂੰ ਇੰਡੀਅਨਸ ਵੀ ਕਿਹਾ ਜਾਂਦਾ ਰੈੱਡ ਇੰਡੀਅਨਸ ਵੀ ਕਿਹਾ ਜਾਂਦਾ ਹੈ ਬਟ ਉਹ ਐਕਚੁਅਲੀ ਨੇਟਿਵ ਅਮੈਰੀਕਨ ਇਸ ਧਰਤੀ ਦੇ ਉਹ ਓਰਿਜਨਲ ਸੈਟਲਰ ਸੀਗੇ ਉਹਨਾਂ ਦੀ ਹਿਸਟਰੀ ਕਿਸ ਤਰ੍ਹਾਂ ਉਹਨਾਂ ਦੇ ਕੋਲੋਨਿਸਟ ਕੋਲੋਨਾਈਜ਼ਰਸ ਦੇ ਨਾਲ ਉਨ ਲੋਕਾਂ ਦੇ ਨਾਲ ਜੋ ਯੂਰਪ ਤੋਂ ਆ ਕੇ ਇੱਥੇ ਵਸੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਮਿਲੀ ਇਹ ਹੋਲੀਡੇ ਉਹਦੇ ਬਾਰੇ ਹੈਗੀ ਸੋ ਉਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ ਐਂਡ ਇਹ ਹੋਲੀਡੇ ਅਗਰ ਤੁਸੀਂ ਮਨਾ ਰਹੇ ਹੋ ਤੁਹਾਡੇ ਬੱਚੇ ਸਕੂਲੋਂ ਕੁਛ ਡਰਾਇੰਗਸ ਲੈ ਕੇ ਆਏ ਹੈ ਜਾਂ ਕੁਛ ਉਹਨਾਂ ਦੀ ਸਕੂਲ ਵਿੱਚ ਥੈਂਕਸਗਿਵਿੰਗ ਲੰਚ ਜਾਂ ਮੀਲ ਹੋਇਆ ਉਹਦੀ ਗੱਲ ਹੋ ਰਹੀ ਹੈ ਸੋ ਥੋੜ੍ਹਾ ਜਿਹਾ ਬੱਚਿਆਂ ਤੋਂ ਵੀ ਸੁਣਾਂਗੇ ਕਿ ਕੀ ਉਹਨਾਂ ਦੀ ਐਕਸਪੀਰੀਅੰਸ ਹੈ ਥੈਂਕਸਗਿਵਿੰਗ ਨੂੰ ਲੈ ਕੇ ਬਟ ਮੈਂ ਤੁਹਾਨੂੰ ਸਭ ਤੋਂ ਪਹਿਲੇ ਦੱਸਣਾ ਚਾਹੁੰਦੀ ਹਾਂ ਇਹ ਹੋਲੀਡੇ 1621 ਦੇ ਵਿੱਚ ਹਿਸਟਰੀ ਸਾਨੂੰ ਦੱਸਦੀ ਹੈ ਪਹਿਲੇ ਮਨਾਈ ਗਈ ਸੀ ਬਟ ਇਹਨੂੰ ਇੱਕ ਫੋਰਮਲ ਮਤਲਬ ਪ੍ਰੋਪਰ ਤਰੀਕੇ ਨਾਲ ਇੱਕ ਕੰਟਰੀ ਦੀ ਫੈਡਰਲ ਹੋਲੀਡੇ ਪ੍ਰੈਜ਼ੀਡੈਂਟ ਲਿੰਕਨ ਨੇ ਬਣਾਇਆ ਸੀ ਇਨ 1863 ਸੋ ਹਿਸਟਰੀ ਤਾਂ ਬਹੁਤ ਜ਼ਿਆਦਾ ਹੈ ਐਂਡ ਯੂ ਨੋ ਜਿਸ ਤਰ੍ਹਾਂ ਹਿਸਟਰੀ ਹੁੰਦੀ ਹੈ ਇਟਸ ਨਾਟ ਆਲ ਪੋਜ਼ਿਟਿਵ ਆਈ ਮੀਨ ਹਰ ਇੱਕ ਚੀਜ਼ ਹੈਪੀ ਐਂਡਿੰਗ ਨਹੀਂ ਹੁੰਦੀ ਐਂਡ ਜਿਸ ਤਰ੍ਹਾਂ ਹੋਲੀਡੇਜ਼ ਨੂੰ ਮਨਾਇਆ ਜਾਂਦਾ ਹੈ ਕਦੀ ਕਵਾਰ ਜੋ ਉਹਨਾਂ ਦੀ ਸੱਚਾਈ ਹੁੰਦੀ ਹੈ ਉਹ ਥੋੜ੍ਹੀ ਜਿਹੀ ਕੌੜੀ ਵੀ ਹੁੰਦੀ ਹੈ ਬਟ ਇਨ ਐਨੀ ਕੇਸ ਸਾਡੇ ਨਾਲ ਇੱਕ ਬਹੁਤ ਹੀ ਵਧੀਆ ਗੈਸਟ ਜੁੜੇ ਹੈ ਜੋ ਸਾਨੂੰ ਇਸ ਹੋਲੀਡੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇਣਗੇ ਅਤੇ ਇਹ ਵੀ ਦੱਸਣਗੇ ਕਿਸ ਤਰ੍ਹਾਂ ਕੁਛ ਉਹ ਕੋਮਨੈਲਿਟੀਜ਼ ਹਨ ਜੋ ਇਸ ਕੰਟਰੀ ਦੀ ਇਸ ਹੋਲੀਡੇ ਦੀ ਹਿਸਟਰੀ ਸਾਡੀ ਹਿਸਟਰੀ ਦੇ ਨਾਲ ਸ਼ੇਅਰ ਕਰਦੀ ਹੈ ਸੋ ਉਹਦੇ ਬਾਰੇ ਵੀ ਗੱਲ ਕਰਾਂਗੇ ਤੁਸੀਂ ਕਿੱਥੇ ਨਾ ਜਾਓ ਗੱਲ ਇਸੇ ਤਰ੍ਹਾਂ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਸਾਡਾ ਸਪੈਸ਼ਲ ਥੈਂਕਸਗਿਵਿੰਗ ਪ੍ਰੋਗਰਾਮ ਇਹ ਹੋਲੀਡੇ ਹਰ ਸਾਲ ਨਵੰਬਰ ਦੇ ਚੌਥੇ ਥਰਸਡੇ ਪੈਂਦੀ ਹੈ ਅਤੇ ਚੌਥਾ ਥਰਸਡੇ ਹੈ ਸੋ ਹੋਪਫੁਲੀ ਤੁਸੀਂ ਇੰਜੋਏ ਕਰ ਰਹੇ ਹੋ ਛੋਟੀ ਫੈਮਿਲੀ ਦੇ ਨਾਲ ਰਿਲੈਕਸ ਕਰ ਰਹੇ ਹੋ ਥੋੜ੍ਹੀ ਜਿਹੀ ਹੋਲੀਡੇ ਮਨਾ ਰਹੇ ਹੋ ਖਾਣ ਪੀਣ ਦਾ ਕੁਛ ਇੰਤਜ਼ਾਮ ਕੀਤਾ ਹੋਏਗਾ ਕੱਲ੍ਹ ਬਲੈਕ ਫਰਾਈਡੇ ਹੋਣਾ ਤਾਂ ਚਾਹੀਦਾ ਸੀ ਬਟ ਇਸ ਸਾਲ ਹੋਪਫੁਲੀ ਕੋਈ ਵੀ ਟਰੈਵਲ ਨਹੀਂ ਕਰ ਰਿਹਾ ਕੋਈ ਵੀ ਜ਼ਿਆਦਾ ਸ਼ੋਪਿੰਗ ਨਹੀਂ ਕਰ ਰਿਹਾ ਔਨਲਾਈਨ ਤੁਸੀਂ ਸ਼ੋਪਿੰਗ ਜ਼ਰੂਰ ਕਰ ਸਕਦੇ ਹੋ ਬਟ ਜਿੱਥੇ ਇਹ ਹੋਲੀਡੇ ਦੀ ਗੱਲ ਆਉਂਦੀ ਹੈ ਮੈਂ ਚਾਹੁੰਦੀ ਹਾਂ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਹਿਸਟਰੀ ਇਹਦੇ ਬਾਰੇ ਸ਼ੇਅਰ ਕਰਾਂ ਐਂਡ ਉਹ ਚੀਜ਼ਾਂ ਆਪਾਂ ਥੋੜ੍ਹੀ ਡਿਸਕਸ ਕਰੀਏ ਜੋ ਇਸ ਹਿਸਟਰੀ ਨੂੰ ਕਲਰ ਦਿੰਦੀਆਂ ਇਟਸ ਨਾਟ ਆਲ ਪੋਜ਼ਿਟਿਵ ਰਾਈਟ ਇਹਦੇ ਵਿੱਚ ਪੋਜ਼ਿਟਿਵ ਅਤੇ ਨੈਗੇਟਿਵਸ ਵੀ ਪਹਿਲੂ ਹੈਗੇ ਅਤੇ ਇਨ ਸਾਰੀ ਚੀਜ਼ਾਂ 'ਤੇ ਸਾਡੇ ਨਾਲ ਡਿਸਕਸ ਕਰਨ ਲਈ ਸਾਡੇ ਗੈਸਟ ਸਾਨੂੰ ਜੁਆਇਨ ਕਰੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੈਸਟ ਨੂੰ ਇੱਕ ਵਾਰੀ ਫਿਰ ਆਪਣੇ ਪ੍ਰੋਗਰਾਮ ਦੇ ਵਿੱਚ ਇਨਵਾਈਟ ਕਰਦੇ ਹੋਏ ਪਲੀਜ਼ ਜੁਆਇਨ ਮੀ ਇਨ ਵੈਲਕਮ ਸਰਦਾਰਨੀ ਜਸਬੀਰ ਕੌਰ ਫਰੋਮ ਓਹਾਇਓ ਜੋ ਕਿ ਇੱਕ ਐਜੂਕੇਟਰ ਹਨ ਤੁਸੀਂ ਇੱਥੇ ਦੇ ਸਕੂਲ ਸਿਸਟਮ ਵਿੱਚ ਕੰਮ ਕਰ ਰਹੇ ਹੋ ਆਲਮੋਸਟ 20 ਸਾਲਾਂ ਤੋਂ ਸਭ ਤੋਂ ਪਹਿਲੇ ਜਸਬੀਰ ਜੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਇੰਨੇ ਸਾਲਾਂ ਤੋਂ ਯੂ ਹੈਵ ਅ ਰੀਲੀ ਗੁੱਡ ਪਰਸਪੈਕਟਿਵ ਕਿ ਇੱਥੇ ਦੇ ਐਜੂਕੇਸ਼ਨ ਸਿਸਟਮ ਵਿੱਚ ਖਾਸ ਕਰ ਐਂਡ ਜੋ ਐਕਚੁਅਲੀ ਹਿਸਟਰੀ ਹੈਗੀ ਇਸ ਹੋਲੀਡੇ ਦੀ ਉਹ ਕਿਸ ਤਰ੍ਹਾਂ ਦੱਸੀ ਜਾਂਦੀ ਹੈ ਸੋ ਸਭ ਤੋਂ ਪਹਿਲੇ ਜਸਬੀਰ ਜੀ ਥੈਂਕ ਯੂ ਫੋਰ ਜੁਆਇਨਿੰਗ ਅਸ ਐਂਡ ਥੈਂਕਸਗਿਵਿੰਗ ਲੈਟਸ ਸਟਾਰਟ ਵਿਦ ਸਕੂਲਾਂ ਵਿੱਚ ਕਿਸ ਤਰ੍ਹਾਂ ਸਿਖਾਈ ਜਾਂਦੀ ਹੈ ਰਾਈਟ ਬਿਕਾਜ਼ ਦੈਟਸ ਅ ਲਿਟਲ ਡਿਫਰੈਂਟ ਫਰੋਮ ਜੋ ਐਕਚੁਅਲ ਇਹ ਹੋਲੀਡੇ ਦੀ ਜੋ ਇਹ ਮਾਇਨੇ ਰੱਖਦੀ ਹੈ ਸਾਰਿਆਂ ਲਈ ਜੋ ਇਹਦੇ 'ਚ ਇਨਵੋਲਵ ਸੀਗੇ ਰਾਈਟ ਸੋ ਸਕੂਲ ਵਿੱਚ ਕਿਸ ਤਰ੍ਹਾਂ ਇਹਨੂੰ ਦੱਸਿਆ ਜਾਂਦਾ ਹੈ ਹਾਂਜੀ ਅਸ਼ਮਿਤਾ ਥੈਂਕ ਯੂ ਵੈਰੀ ਮੱਚ ਮੈਨੂੰ ਪਹਿਲਾਂ ਲੈ ਕੇ ਆਉਣ ਲਈ ਅਤੇ ਸਾਰਿਆਂ ਦੇ ਰੂਬਰੂ ਕਰਾਉਣ ਵਾਸਤੇ
ਇਹ ਹੌਲੀਡੇ ਜਿਹੜੀ ਹੈ ਮੇਰੇ ਵੀ ਬਹੁਤ ਮਨ ਪਸੰਦ ਹੈ ਕਿਉਂਕਿ ਇਹਦਾ ਜਿਹੜਾ ਮੈਸੇਜ ਦਿੱਤਾ ਜਾਂਦਾ ਹੈ ਅਸੀਂ ਸਕੂਲਾਂ ਜਿਹੜਾ ਬੱਚਿਆਂ ਨੂੰ ਜਨਰਲੀ ਸਿਖਾਉਂਦੇ ਆ ਉਹ ਇਹ ਹੈਗਾ ਕਿ ਤੁਸੀਂ ਸ਼ੁਕਰਗੁਜ਼ਾਰ ਰਹੋ ਤੇ ਤੁਸੀਂ ਸ਼ੇਅਰ ਕਰੋ ਬੇਸਿਕਲੀ ਸਾਡਾ ਥੀਮ ਹੁੰਦਾ ਕੇਅਰ ਐਂਡ ਸ਼ੇਅਰ ਛੋਟੇ ਬੱਚਿਆਂ ਨੂੰ ਤੇ ਹਿਸਟਰੀ ਉਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਪੜ੍ਹਾਈ ਜਾਂਦੀ ਜਿਹੜੇ ਬਹੁਤ ਛੋਟੇ ਨੇ ਵੱਡਿਆਂ ਨੂੰ ਅਸੀਂ ਆਫਕੋਰਸ ਦੱਸਦੇ ਹਾਂ ਜਿਹੜੇ ਹਾਈ ਸਕੂਲ ਤੇ ਮਿਡਲ ਸਕੂਲ ਦੇ ਵਿੱਚ ਹੈਗੇ ਆ ਲੇਕਿਨ ਜਿਹੜੇ ਜਨਰਲੀ ਉਹਨਾਂ ਨੂੰ ਅਸੀਂ ਜਿਹੜਾ ਇੱਕ ਮੈਸੇਜ ਜਿਹੜਾ ਸਿਖਾਉਂਦੇ ਹਾਂ ਉਹ ਹੈਗਾ ਗ੍ਰੈਟੀਟਿਊਡ ਦਾ ਮਤਲਬ ਸ਼ੁਕਰਾਨੇ ਦਾ ਤੇ ਸਾਨੂੰ ਹਰ ਵੇਲੇ ਧੰਨਵਾਦ ਕਰਨਾ ਚਾਹੀਦਾ ਹੈ ਤੁਹਾਨੂੰ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਾਨੂੰ ਇੰਨੀਆਂ ਨੇਮਤਾਂ ਜ਼ਿੰਦਗੀ ਵਿੱਚ ਮਿਲੀਆਂ ਨੇ ਔਰ ਦੂਸਰਿਆਂ ਦੇ ਨਾਲ ਉਹਨਾਂ ਨੇਮਤਾਂ ਨੂੰ ਸ਼ੇਅਰ ਕਰਨਾ ਜਿਹੜਾ ਕਿ ਸਿੱਖੀ ਦੇ ਸਿਧਾਂਤਾਂ ਦੇ ਨਾਲ ਬੜਾ ਹੀ ਮੇਲਜੋਲ ਖਾਂਦਾ ਹੈ ਇਹਦੀ ਹਿਸਟਰੀ ਜਿੰਨੀ ਕੁ ਇਹ ਸੋਹਣਾ ਲੱਗਦਾ ਹੈ ਇਹਦਾ ਨਾਂ ਮੈਨੂੰ ਵੀ ਬਹੁਤ ਚੰਗਾ ਲੱਗਦਾ ਹੈ ਔਰ ਮੈਂ ਇਹਨੂੰ ਵੀ ਸਕੂਲ 'ਚ ਵੀ ਅਸੀਂ ਹਮੇਸ਼ਾ ਸੈਲੀਬ੍ਰੇਟ ਕਰਦੇ ਹਾਂ ਇਸ ਵਾਰੀ ਨਹੀਂ ਕਰ ਸਕੇ ਕਿਉਂਕਿ ਵਰਚੁਅਲ ਹੈਗਾ ਸਾਰੀ ਟੀਚਿੰਗ ਵਰਚੁਅਲ ਹੈ ਅਸੀਂ ਇਨ ਪਰਸਨ ਬੱਚਿਆਂ ਦੇ ਨਾਲ ਸਕੂਲ ਨਹੀਂ ਜਾ ਰਹੇ ਫਿਜ਼ੀਕਲੀ ਕਿਉਂਕਿ ਕੋਵਿਡ ਦੇ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਅਗਰ ਅਸੀਂ ਮੁੱਢ ਤੇ ਜਾਣਾ ਹੋਵੇ ਤੇ ਦੇਖੋ ਇੱਥੇ ਪਿਲਗ੍ਰਿਮਸ ਆਏ ਸਨ ਜਿਹੜੇ ਅਮਰੀਕਾ ਦੇ ਸਕੂਲਾਂ 'ਚ ਪੜ੍ਹਦੇ ਨੇ ਬੱਚੇ ਜਾਂ ਜਿਹੜੇ ਇੱਥੇ ਪੇਰੈਂਟਸ ਵੀ ਵੱਡੇ ਹੋਏ ਉਹਨਾਂ ਨੂੰ ਪਤਾ ਹੈ ਕਿ ਇੰਗਲੈਂਡ ਤੋਂ ਜਦੋਂ ਸਟੇਟ ਤੇ ਚਰਚ ਦੀ ਜਿਹੜੀ ਹੈਗੀ ਹੈ ਨਹੀਂ ਬਣੀ ਜਾਂ ਉਹਨਾਂ ਦੀ ਇੱਕ ਦੂਜੇ ਦੇ ਨਾਲ ਜਿਹੜਾ ਹੈਗਾ ਫਰਕ ਪੈ ਗਿਆ ਵਿਚਾਰਾਂ ਦਾ ਉਹ ਨਹੀਂ ਸੀ ਉਹਨਾਂ ਨੂੰ ਫੋਲੋ ਕਰਦੇ ਤੇ ਪਿਲਗ੍ਰਿਮਸ ਨੇ ਉੱਥੋਂ ਜਿਹਨੂੰ ਪਿਊਰਿਟਨਸ ਵੀ ਕਹਿੰਦੇ ਸੀਗੇ ਔਰ ਉਹ ਇੰਗਲੈਂਡ ਤੋਂ ਚੱਲ ਪਏ ਸਨ ਉਹਨਾਂ ਨੂੰ ਪਤਾ ਸੀ ਕਿ ਇੱਕ ਲੈਂਡ ਇਹੋ ਜਿਹੀ ਹੈ ਜਿਹੜੀ ਕਿ ਅਸੀਂ ਜਾ ਕੇ ਉੱਥੇ ਅਸੀਂ ਆਪਣਾ ਜੋ ਅਸੀਂ ਮੰਨਦੇ ਹਾਂ ਸਾਡੀਆਂ ਮਨੌਤਾਂ ਨੇ ਉਹ ਅਸੀਂ ਆਪਣੇ ਢੰਗ ਨਾਲ ਜ਼ਿੰਦਗੀ ਜੀ ਸਕਦੇ ਹਾਂ ਉਹਨੂੰ ਅਸੀਂ ਕਨੈਕਟ ਕਰੀਏ ਤਾਂ ਅਸੀਂ ਵੀ ਸਾਰੇ ਜਿੰਨੇ ਵੀ ਅਸੀਂ ਪੰਜਾਬ ਤੋਂ ਆਏ ਹਾਂ ਜਾਂ ਭਾਰਤ ਦੇ ਵੱਖਰੇ ਹਿੱਸਿਆਂ ਚੋਂ ਜਾਂ ਸਾਰੀ ਦੁਨੀਆਂ ਚੋਂ ਅਮਰੀਕਾ ਵਿੱਚ ਆ ਕੇ ਲੋਕ ਵੱਸਦੇ ਨੇ ਫੋਰ ਅ ਰੀਜ਼ਨ ਉਹਦਾ ਰੀਜ਼ਨ ਇਹੀ ਹੈ ਕਿ ਇੱਥੇ ਅਸੀਂ ਆਜ਼ਾਦੀ ਦੇ ਨਾਲ ਇੱਥੇ ਇਹਨੂੰ ਲੈਂਡ ਆਫ ਓਪਰਚੁਨਿਟੀਜ਼ ਕਹਿੰਦੇ ਹਾਂ ਤੇ ਅਸੀਂ ਇੱਥੇ ਆ ਕੇ ਕੁਛ ਵੀ ਕਰ ਸਕਦੇ ਹਾਂ ਜਿਹੜੀ ਕਿ ਮੈਂ ਬੜੇ ਪ੍ਰਾਊਡਲੀ ਕਹਿ ਸਕਦੀ ਹਾਂ ਕਿ ਹਾਂਜੀ ਜੇ ਤੁਹਾਡਾ ਮਾਇੰਡ ਤੇ ਬਾਡੀ ਦਾ ਡਿਸਿਪਲਿਨ ਹੈ ਇਫ ਯੂ ਆਰ ਡਿਸਿਪਲਿਨ ਇਨ ਬਾਡੀ ਐਂਡ ਮਾਇੰਡ ਜੇ ਤੁਸੀਂ ਆਪਣੇ ਆਪ ਨੂੰ ਕਿਸੇ ਅਨੁਸ਼ਾਸਨ ਵਿੱਚ ਤੋਰ ਸਕਦੇ ਹੋ ਤੇ ਇਹ ਧਰਤੀ ਤੁਹਾਨੂੰ ਸਭ ਕੁਛ ਬਣਾ ਦਿੰਦੀ ਹੈ ਇੱਥੇ ਪੱਕਾ ਉਹ ਹੈ ਉਹਦੇ ਲਈ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸਾਡੇ ਸਤਿਗੁਰੂ ਜੀ ਵੀ ਕਹਿੰਦੇ ਨੇ ਕਿ ਤੁਸੀਂ ਜਿੱਥੇ ਵੀ ਖਾਂਦੇ ਪੀਂਦੇ ਹੋ ਜਿਸ ਧਰਤੀ ਤੇ ਵੀ ਤੁਸੀਂ ਰਹਿੰਦੇ ਹੋ ਤੁਸੀਂ ਉੱਥੇ ਹੀ ਉਹਨੂੰ ਸਵਰਗ ਬਣਾ ਕੇ ਜੀਓ ਮਤਲਬ ਤੁਸੀਂ ਚੰਗੇ ਕੰਮ ਕਰੋ ਸੱਚੀ ਸੁੱਚੀ ਮਿਹਨਤ ਕਰੋ ਤੇ ਸਾਰਿਆਂ ਨਾਲ ਵੰਡ ਕੇ ਛਕੋ ਜੋ ਵੀ ਤੁਹਾਡੀ ਸੁਕਿਰਤ ਹੈ ਕੱਲੀ ਕਿਰਤ ਨਹੀਂ ਸੁਕਿਰਤ ਉਹਨੂੰ ਕਹਿੰਦੇ ਹੁਣ ਜਿਹੜੇ ਪਿਲਗ੍ਰਿਮਸ ਅਸੀਂ ਵਾਪਸ ਚੱਲੀਏ ਜਿਹੜੇ ਪਿਲਗ੍ਰਿਮਸ ਆਏ ਇੰਗਲੈਂਡ ਤੋਂ ਉਹਨਾਂ ਨੇ ਇੱਥੇ ਆ ਕੇ ਉਤਾਰਾ ਕੀਤਾ ਮੈਸਾਚੂਸੈਟਸ ਦੇ ਵਿੱਚ ਜਿਹਨੂੰ ਅਸੀਂ ਹੁਣ ਨਿਊ ਇੰਗਲੈਂਡ ਕਹਿੰਦੇ ਹਾਂ ਤੇ ਉਦੋਂ ਜਦੋਂ ਉਹ ਆਏ ਸੀਗੇ ਕਈ ਮਹੀਨਿਆਂ ਦੇ ਵਿੱਚ ਉਹ ਸਮੁੰਦਰ ਦੇ ਵਿੱਚ ਰਹੇ ਬੜੇ ਸਾਰੇ ਮਰ ਗਏ ਉਹਨੂੰ ਤੁਹਾਨੂੰ ਪਤਾ ਕੋਈ ਇਹੋ ਜਿਹੀਆਂ ਸਹੂਲਤਾਂ ਨਹੀਂ ਸੀ ਤੁਹਾਨੂੰ ਨੈਚੁਰਲ ਤਰੀਕੇ ਨਾਲ ਹੀ ਆਉਣਾ ਪੈਣਾ ਸੀ ਕੁਦਰਤ ਦੇ ਨਾਲ ਹੀ ਜਿੱਦਾਂ ਦਾ ਵੀ ਤੂਫਾਨ ਆ ਗਿਆ ਤੂਫਾਨ ਝੱਲਣਾ ਪੈਣਾ ਠੰਡ ਆ ਗਈ ਠੰਡ ਪਾਣੀ ਹੈ ਪਾਣੀ ਸੋ ਫਾਈਨਲੀ ਜਦੋਂ ਉਹ ਆ ਗਏ ਤੇ ਫਿਰ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਸੀ ਵੀ ਕੀ ਖਾਣਾ ਪੀਣਾ ਇੱਥੇ ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਜਿਹੜਾ ਇਹ ਪੱਖ ਹੁਣ ਇੰਨਾ ਜ਼ਿਆਦਾ ਪੜ੍ਹਾਇਆ ਨਹੀਂ ਜਾਂਦਾ ਵਿਚ ਇਜ਼ ਰੋਂਗ ਕਿ ਇੱਥੇ ਦੇ ਬਸ਼ਿੰਦੇ ਜਿਹੜੇ ਸੀਗੇ ਜਿਹਨਾਂ ਨੂੰ ਅਸੀਂ ਇੰਡੀਜੀਨੀਅਸ ਪੀਪਲ ਕਹਿੰਦੇ ਹਾਂ ਜਾਂ ਅਮੈਰੀਕਨ ਇੰਡੀਅਨਸ ਕਹਿੰਦੇ ਹਾਂ ਉਹ ਲੋਕ ਜਿਹੜੇ ਆ ਉਹਨਾਂ ਨੇ ਬੜੀ ਦਰਿਆ ਦਿਲੀ ਦਿਖਾਈ ਉਹਨਾਂ ਨੂੰ ਪਿਆਰ ਕੀਤਾ ਤੇ ਉਹਨਾਂ ਦੇ ਨਾਲ ਬੇਸ਼ਕ ਉਹਨਾਂ ਦੀ ਲੜਾਈ ਸੀ ਪਰ ਉਹਨਾਂ ਨੇ ਉਹਨਾਂ ਨੂੰ ਫਿਰ ਵੀ ਸਿਖਾਇਆ ਕਿ ਇਸ ਧਰਤੀ ਦੇ ਵਿੱਚ ਤੁਸੀਂ ਕੀ ਉਗਾ ਕੇ ਖਾ ਸਕਦੇ ਹੋ ਤੇ ਤੁਹਾਡਾ ਜਿਹੜਾ ਮੀਲ ਹੈਗਾ ਜਿਹੜਾ ਤੁਸੀਂ ਖਾਣਾ ਆਪਣਾ ਬਣਾਉਣਾ ਹੈ ਪੂਰਾ ਵਕਤ ਦਾ ਖਾਣਾ ਉਹਦੇ ਵਿੱਚ ਮੀਟ ਵੀ ਹੋਵੇ ਉਹਦੇ ਵਿੱਚ ਕੋਰਨ ਵੀ ਹੋਵੇ ਆਲੂ ਵੀ ਹੋਣ ਸਬਜ਼ੀ ਵੀ ਹੋਵੇ ਗ੍ਰੇਨ ਵੀ ਹੋਵੇ ਤੇ ਮੀਟ ਵੀ ਮੀਟ ਜਿਹੜਾ ਹੈਗਾ ਉਹਦੇ ਤੁਹਾਨੂੰ ਤਾਕਤ ਦਿੰਦਾ ਹੀ ਦਿੰਦਾ ਜਿੱਥੇ ਤੁਹਾਨੂੰ ਕੁਛ ਵੀ ਨਾ ਮਿਲੇ ਕੁਛ ਹੋਏ ਹੀ ਨਾ ਤੇ ਬੰਦਾ ਫਿਰ ਮੀਟ ਦੇ ਉੱਤੇ ਹੀ ਉਹਨੂੰ ਗੁਜ਼ਾਰਾ ਕਰਨਾ ਪੈਂਦਾ ਹੁਣ ਚਲੋ ਲੋਕਾਂ ਨੇ ਵਹਿਮ ਬਣਾ ਲਏ ਪਰ ਵਹਿਮ ਨਹੀਂ ਪਾਉਣਾ ਚਾਹੀਦਾ ਮੈਂ ਸਿੱਖ ਹੋਣ ਦੇ ਨਾਤੇ ਆਪਣੇ ਸਾਰੇ ਭੈਣਾਂ ਭਰਾਵਾਂ ਨੂੰ ਕਹਾਂਗੀ ਬੇਸ਼ੱਕ ਤੁਸੀਂ ਸਿਹਤ ਦੇ ਮੁਤਾਬਿਕ ਕੁਛ ਖਾਓ ਜਾਂ ਨਾ ਖਾਓ ਪਰ ਇਹਨਾਂ ਭਰਮਾਂ ਚੋਂ ਨਿਕਲ ਜਾਓ ਇਹ ਭਰਮ ਨਹੀਂ ਹੁੰਦੇ ਕਿਉਂਕਿ ਸਾਰੀ ਦੁਨੀਆਂ 'ਚ ਜਿੰਨੇ ਵੀ ਵੱਖਰੇ ਖਿੱਤੇ ਹੈਗੇ ਆ ਉਸ ਹਿਸਾਬ ਨਾਲ ਹੀ ਬੰਦਾ ਖਾਂਦਾ ਸੋ ਜਿਹੜੀ ਚੀਜ਼ ਤੁਹਾਨੂੰ ਹੈਲਦੀ ਰੱਖਦੀ ਹੈ ਤੁਸੀਂ ਉਸ ਹਿਸਾਬ ਨਾਲ ਖਾਓ ਪਰ ਇਹਦੇ ਨਾਲ ਕੋਈ ਵਹਿਮ ਨਾ ਜੋੜੋ ਅੱਛਾ ਉਹ ਜਦੋਂ ਆਏ ਨੇ ਤੇ ਉਹਨਾਂ ਨੇ ਸਾਰਿਆਂ ਨੇ ਫਿਰ ਜਿਹੜੀ ਹੈਗੀ ਹੈ ਇਕੱਠੀ ਜਿਹਨੂੰ ਕਹਿੰਦੇ ਮੀਲ ਸ਼ੇਅਰਿੰਗ ਤੇ ਥੈਂਕ ਗਿਵਿੰਗ ਕੀਤਾ ਸੀ ਇਕੱਠਿਆਂ ਨੇ ਰਲ ਕੇ ਇਕੱਲੇ ਗੋਰਿਆਂ ਨੇ ਨਹੀਂ ਜੀ ਅਮੈਰੀਕਨ ਇੰਡੀਅਨਸ ਨੇ ਉਹਨਾਂ ਨੂੰ ਸਾਰਾ ਕੁਝ ਦੱਸਿਆ ਸੀ ਕੋਰਨ ਦਿੱਤੇ ਆਲੂ ਦਿੱਤੇ ਟਰਕੀਜ਼ ਕਿਉਂਕਿ ਉਹ ਜਾਨਵਰ ਉੱਥੇ ਉਹੀ ਸੀਗੇ ਤੇ ਉਹਨਾਂ ਨੇ ਉਹੀ ਫੜ ਕੇ ਉਹਨਾਂ ਨੂੰ ਭੁੰਨ ਲਿਆ ਨਾਲ ਸਾਡੇ ਵਾਂਗੂ ਜਿੱਦਾਂ ਹੁਣ ਅਸੀਂ ਸਾਰਾ ਕੁਝ ਕਰਦੇ ਹਾਂ ਆਫਕੋਰਸ ਟਾਈਮ ਦੇ ਨਾਲ ਚੇਂਜ ਹੋ ਜਾਂਦਾ ਹੈ ਖਾਣਾ ਪੀਣਾ
ਤੇ ਕੱਠੜ ਮੀਲ ਹੈਗਾ ਉਹ 1621 ਵਿੱਚ ਹੋਇਆ ਸੀ ਜੀ ਇਟ ਵਾਸ ਇਨ ਬਟ ਇਟ ਡਸਨਟ ਮੀਨ ਕਿ ਉਸ ਤੋਂ ਪਹਿਲਾਂ ਇਹ ਵਾਲੀ ਟ੍ਰੈਡੀਸ਼ਨ ਨਹੀਂ ਸੀ ਹੁੰਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਮੈਨੂੰ ਲੱਗਦਾ ਕਿ ਕਈ ਸਾਡੇ ਸ਼ਰੋਤਿਆਂ ਨੂੰ ਪਤਾ ਹੋਏਗਾ ਕਿ ਅਮਰੀਕਨ ਇੰਡੀਅਨਸ ਤੇ ਸਿੱਖਾਂ ਵਾਂਗੂ ਹਰ ਦਿਨ ਹੀ ਸ਼ੁਕਰਗੁਜ਼ਾਰੀ ਕਰਦੇ ਸੀ ਫਾਰ ਐਵਰੀਥਿੰਗ ਯੈਸ ਉਹਨਾਂ ਦਾ ਬਹੁਤ ਵੱਡਾ ਮੰਨਣਾ ਹੈ ਕਿ ਸਾਡਾ ਜਿਹੜੀ ਕੁਦਰਤ ਦੀਆਂ ਜਿੰਨੇ ਰਿਸੋਰਸਿਸ ਨੇ ਪਾਣੀ ਨੇ ਜਾਂ ਧਰਤੀ ਹੈ ਜਾਂ ਜੰਗਲ ਨੇ ਇਹਨਾਂ ਉੱਤੇ ਸਾਡੀ ਮਲਕੀਅਤ ਨਹੀਂ ਹੋ ਸਕਦੀ ਹੁਣ ਅਸੀਂ ਤਾਂ ਮਲਕੀਅਤਾਂ ਬਣਾ ਲਈਆਂ ਨਾ ਇੰਨੇ ਇੰਨੇ ਹੈਕਟੇਅਰ ਜ਼ਮੀਨ ਮੇਰੀ ਹੈ ਇੰਨੇ ਏਕੜ ਮੇਰੀ ਹੈ ਓਸ਼ਨ ਦਾ ਆਹ ਹਿੱਸਾ ਮੇਰਾ ਜੰਗਲ ਏਦਾਂ ਨਹੀਂ ਹੁੰਦਾ ਸੀ ਹੁਣ ਤੇ ਅਸਮਾਨ ਵੀ ਵੰਡ ਲਿਆ ਹਨਾ ਦੇਸ਼ਾਂ ਨੇ ਦੂਜੇ ਦੇਸ਼ ਤੋਂ ਉੱਤੋਂ ਦੀ ਜਹਾਜ਼ ਨਹੀਂ ਲੰਘਣ ਦੇਣਾ ਪਰ ਅਮੈਰੀਕਨ ਇੰਡੀਅਨਸ ਜਿਨ੍ਹਾਂ ਦਾ ਇਹ ਦੇਸ਼ ਐਕਚੁਅਲਿਟੀ ਚ ਹੈ ਉਹਨਾਂ ਨੇ ਹਰ ਦਿਨ ਇਸ ਦਾ ਹਰ ਜਿਹੜਾ ਵੀ ਕੁਦਰਤ ਦਾ ਸੋਮਾ ਉਹਨਾਂ ਕੋਲ ਹੈ ਸ਼ੁਕਰਾਨਾ ਕੀਤਾ ਜੀ ਤੇ ਜਸਬੀਰ ਜੀ ਯੂ ਨੋ ਆਈ ਨੋ ਕਿ ਤੁਸੀਂ ਕਿਹਾ ਕਿ ਇਹ ਖਾਸ ਕਰਕੇ ਯੰਗਰ ਬੱਚਿਆਂ ਨੂੰ ਇੰਨੀ ਜ਼ਿਆਦਾ ਨਹੀਂ ਦੱਸੀ ਜਾਂਦੀ ਚੀਜ਼ ਬਟ ਜੋ ਹੁਣ ਅਗਰ ਆਪਾਂ ਨੇਟਿਵ ਅਮੈਰੀਕਨਸ ਦੀ ਗੱਲ ਕਰੀਏ ਹੁਣ ਤਾਂ ਇਹ ਹੋਲੀਡੇ ਜਿੱਦਾਂ ਕਹਿੰਦੇ ਨਾ ਹੋਲਮਾਰਕ ਹੋਲੀਡੇ ਬਣ ਚੁੱਕੀ ਹੈ ਰਾਈਟ ਇਹਦੇ ਜੋ ਐਕਚੁਅਲੀ ਜੋ ਇਹਦਾ ਇਤਿਹਾਸ ਹੈ ਉਹਦੇ ਬਾਰੇ ਲੋਕ ਜ਼ਿਆਦਾ ਨਹੀਂ ਸੋਚਦੇ ਮਾਡਰਨ ਟਾਈਮਸ ਦੇ ਵਿੱਚ ਉਹ ਖਾਣ ਪੀਣ 'ਤੇ ਜਾਂ ਯੂ ਨੋ ਫੈਮਿਲੀ ਦੇ ਨਾਲ ਰਲ ਕੇ ਉਸ ਚੀਜ਼ ਦਾ ਧਿਆਨ ਸਾਡਾ ਜਾਂਦਾ ਵਿਚ ਇਜ਼ ਫਾਈਨ ਬਟ ਜੋ ਨੇਟਿਵ ਅਮੈਰੀਕਨਸ ਜੋ ਇੱਥੇ ਦੇ ਓਰਿਜਨਲ ਵਸਣ ਵਾਲੇ ਸੀਗੇ ਜਿਨ੍ਹਾਂ ਨੇ ਇਸ ਧਰਤੀ ਨੂੰ ਕਲਟੀਵੇਟ ਕੀਤਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਅਤੇ ਉਹਨੂੰ ਪੂਜਦੇ ਵੀ ਸੀਗੇ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਉਹਨਾਂ ਨੂੰ ਜੋ ਨਵੇਂ ਆਏ ਇੱਥੋਂ ਇੱਥੇ ਯੂਰਪ ਤੋਂ ਉਹਨਾਂ ਲਈ ਹੋਲੀਡੇ ਇੰਨੀ ਪੋਜ਼ਿਟਿਵ ਨਹੀਂ ਹੈਗੀ ਉਹਦੇ ਬਾਰੇ ਸਾਨੂੰ ਥੋੜਾ ਦੱਸੋ ਕਿਉਂ ਹਾਂਜੀ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਬਹੁਤ ਵੈਲਕਮ ਕਰਕੇ ਉਹਨਾਂ ਨੂੰ ਸਸਟੇਨ ਕਰਨ ਦਾ ਤਰੀਕਾ ਦੱਸਿਆ ਜਿਹਨੂੰ ਕਹਿਣਾ ਚਾਹੀਦਾ ਹੈ ਕਿ ਇੱਕ ਵਾਰੀ ਉਹਨਾਂ ਦੇ ਪੈਰ ਲਗਵਾਏ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੇ ਪੈਰਾਂ ਤੇ ਕੁਹਾੜੀ ਆਪੇ ਹੀ ਵੱਜ ਗਈ ਕਿਉਂਕਿ ਫਿਰ ਉਹਨਾਂ ਨੇ ਆ ਕੇ ਕਿਉਂਕਿ ਉਹ ਤੇ ਇੰਗਲੈਂਡ ਵਾਲੀਆਂ ਸਾਰੀਆਂ ਰੀਤੀਆਂ ਨਾਲ ਲੈ ਕੇ ਆਏ ਸਨ ਨਾ ਉਹ ਹੈਗੀ ਹੈ ਮੈਨੂੰ ਕਹਿ ਲੈਣ ਦੇਣਾ ਇੱਕ ਸ਼ਿਕਾਰੀ ਬਿਰਤੀ ਹੈ ਕਿਉਂਕਿ ਇੰਗਲੈਂਡ ਵਿੱਚ ਕੁਛ ਨਹੀਂ ਉੱਗਦਾ ਤੇ ਨਾ ਕੋਈ ਉੱਥੇ ਏਦਾਂ ਫਸਲ ਹੁੰਦੀ ਹੈ ਛੋਟਾ ਜਿਹਾ ਉਹ ਦੇਸ਼ ਹੈ ਉੱਥੇ ਮੌਸਮ ਵੀ ਬੜਾ ਖਰਾਬ ਹੈ ਤੇ ਉਹ ਲੋਕ ਕੀ ਕਰਦੇ ਆ ਉਹ ਹਰ ਚੀਜ਼ ਦੇ ਉੱਤੇ ਹੱਕ ਜਮਾਉਂਦੇ ਜਾ ਕੇ ਜਿਵੇਂ ਭਾਰਤ ਵਿੱਚ ਜਾ ਕੇ ਵੀ ਉਹਨਾਂ ਨੇ ਕੀਤਾ ਪੰਜਾਬ ਨੂੰ ਵੀ ਆਪਣੇ ਅਧੀਨ ਕਰਕੇ ਅਨੈਕਸ ਕਰਤਾ ਮਤਲਬ ਖਤਮ ਹੀ ਕਰਤਾ ਏਡੀ ਵੱਡੀ ਦੁਰਦਸ਼ਾ ਜਾਂ ਏਡੀ ਦਹਿਸ਼ਤ ਜਾਂ ਇੰਨੀ ਵਹਿਸ਼ਤ ਤੁਹਾਨੂੰ ਘੱਟ ਦੇਖਣ ਨੂੰ ਮਿਲਦੀ ਹੈ ਕਿ ਤੁਸੀਂ ਕਿਸੇ ਨੂੰ ਖਤਮ ਹੀ ਕਰ ਦੋ ਬਿਲਕੁਲ ਜੜ ਤੋਂ ਹੀ ਖਤਮ ਕਰੋ ਇਸ ਤਰ੍ਹਾਂ ਹੀ ਇੱਥੇ ਹੋਇਆ ਤੇ 1621 ਚ ਉਹਨਾਂ ਨੇ ਨਾਲ ਰਹਿਣਾ ਸ਼ੁਰੂ ਕੀਤਾ ਸਭ ਕੁਝ ਹੋਇਆ ਵੈਂਪੇਨੋਗ ਉਹ ਵਾਲੀ ਟ੍ਰਾਈਬ ਸੀਗੀ ਅਮਰੀਕਨ ਇੰਡੀਅਨ ਦੀ ਵੈਂਪੇਨੋਗ ਜਿਹੜੇ ਹੈਗੇ ਸੀ ਉਹਨਾਂ ਦੇ ਨਾਂ ਤੁਹਾਨੂੰ ਅਜੇ ਵੀ ਉਸ ਪਾਸੇ ਮਿਲ ਜਾਣਗੇ ਨਿਊਯਾਰਕ ਚ ਮਿਲ ਜਾਣਗੇ ਨਿਊ ਜਰਸੀ ਚ ਮਿਲ ਜਾਣਗੇ ਪੈਨਸਿਲਵੇਨੀਆ ਚ ਮਿਲ ਜਾਣਗੇ ਪਰ ਉਹਨਾਂ ਦੇ ਸਿਰਫ ਨਾਂ ਹੀ ਰਹਿ ਗਏ ਹੋਰ ਕੁਛ ਨਹੀਂ ਰਿਹਾ ਸੋ ਉਹਨਾਂ ਨੂੰ ਇਹ ਜਿਹੜੀ ਚੀਜ਼ ਹੈ ਇਹ ਪਹਿਲਾਂ ਹੋਲੀਡੇ ਨਹੀਂ ਸੀ ਡਿਕਲੇਅਰ ਹੋਈ ਵਾਸ਼ਿੰਗਟਨ ਨੇ ਜਿਹੜਾ ਪ੍ਰੈਜ਼ੀਡੈਂਟ ਵਾਸ਼ਿੰਗਟਨ ਸੀਗਾ ਉਹਨੇ ਸਭ ਤੋਂ ਪਹਿਲਾਂ ਇਹਦੀ ਪ੍ਰੋਕਲੇਮੇਸ਼ਨ ਦਿੱਤੀ ਸੀਗੀ ਜੀ ਐਂਡ ਦੈਟ ਫਰਮ That proclamation was done in October of 1789, 1799, jinu apa 1789 kehne aa October 3rd nu unne ek proclamation ditti tusi raan ho jaoge ki ode vich American Indians da kite naam hi nahi si oh thank you kiya gaya si God nu ke tu jidda si kahiye vaiguru tusi is qaum nu itthe aa ke sade utte sada hath bada vadda hath rakhya ਤੇ ਇਹ ਜਿਹੜਾ ਦਿਨ ਹੈ ਇਹਨੂੰ ਮੁਕਰਰ ਕਰ ਦਿੱਤਾ ਕਿ ਆਲਮਾਈਟੀ ਨੇ ਅਮੈਰੀਕਨਸ ਨੂੰ ਯੂ ਨੋ ਇਸ ਰੈਵੋਲੂਸ਼ਨ ਤੋਂ ਪਹਿਲਾਂ ਬੜੀ ਕੇਅਰ ਕੀਤੀ ਤੇ ਸਾਡਾ ਦੇਸ਼ ਬਣਿਆ ਦੇਸ਼ ਤੇ ਪਹਿਲਾਂ ਵੀ ਕਿਸੇ ਦਾ ਹੈ ਸੀ ਨਾ ਤੇ ਉਹ ਵਿਚਾਰੇ ਜਿਹੜੇ ਉਹ ਸਾਰੇ ਹੀ ਹੱਥ ਤੋਂ ਬੈਠੇ ਉਹਨਾਂ ਨੇ ਇਹਨਾਂ ਨੂੰ ਗਲੇ ਲਗਾਇਆ ਉਹਨਾਂ ਨੂੰ ਰਹਿਣਾ ਸਿਖਾਇਆ ਉਹਨਾਂ ਨੂੰ ਇੱਥੇ ਕਲਟੀਵੇਸ਼ਨ ਸਿਖਾਈ ਤੇ ਉਹ ਉਹਨਾਂ ਨੂੰ ਦੱਸਦੇ ਸੀ ਕਿ ਅਸੀਂ ਕਦੇ ਵੀ ਕੁਦਰਤੀ ਸੋਮਿਆਂ ਨੂੰ ਬਰਬਾਦ ਨਹੀਂ ਕਰਦੇ ਪੂਜਾ ਕਰਨ ਦਾ ਮਤਲਬ ਹੀ ਇਹ ਹੈ ਪੂਜਾ ਜਿਹੜਾ ਵੀ ਕੋਈ ਕਰਦਾ ਮੈਂ ਕਹਿੰਦੀ ਸੌਵਰੀ ਕਰੋ ਧਰਤੀ ਦੀ ਪੂਜਾ ਕਰੋ ਜਿਹੜੇ ਧਰਤੀ ਦੀ ਪੂਜਾ ਕਰਦੇ ਆ ਸਿਰਫ ਧਰਤੀ ਨੂੰ ਮਾਂ ਜਾਣ ਕੇ ਮੰਨੋ ਧਰਤੀਆਂ ਵਿੱਚ ਜ਼ਹਿਰ ਨਾ ਪਾਓ ਧਰਤੀ ਤੇ ਗੰਦ ਨਾ ਪਾਓ ਧਰਤੀ ਨੂੰ ਕਲਰ ਨਾ ਬਣਾਓ ਜਿਵੇਂ ਹੁਣ ਸਾਡੇ ਪੰਜਾਬ ਦੀ ਬੰਜਰ ਬਣਵਾਤੀ ਉਥੋਂ ਦੇ ਲੀਡਰਸ ਨੇ ਜੀ ਜਸਬੀਰ ਜੀ ਆਮ ਸੌਰੀ ਬਟ ਤੁਸੀਂ ਨਾ ਤੁਸੀਂ ਸਾਡੀ ਗੱਲ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲੇ ਹੋ ਰਹੀ ਸੀ ਕਿ ਕਿਸ ਤਰ੍ਹਾਂ ਅਗਰ ਆਪਾਂ ਮਾਡਰਨ ਡੇ ਦੀ ਗੱਲ ਕਰੀਏ ਐਂਡ ਉਸ ਚੀਜ਼ ਦੀ ਗੱਲ ਕਰੀਏ ਜੋ ਸਾਡੇ ਸਾਰਿਆਂ ਦੇ ਦਿਲ ਦੇ ਸਭ ਤੋਂ ਕਰੀਬ ਪੰਜਾਬ ਦੇ ਕਰੰਟ ਹਾਲਾਤ ਕਿਸ ਤਰ੍ਹਾਂ ਇਹ ਚੀਜ਼ ਸਾਡੀ ਪੰਜਾਬ ਦੀ ਕੀ ਇਤਿਹਾਸ ਹੈ ਕੀ ਓਵਰਲੈਪ ਹੈ ਇਸ ਥੈਂਕਸਗਿਵਿੰਗ ਦੀ ਹੋਲੀਡੇ ਨੂੰ ਲੈ ਕੇ ਇਹਦੇ ਇਤਿਹਾਸ ਨੂੰ ਲੈ ਕੇ ਅਤੇ ਸਾਡੇ ਸੱਭਿਆਚਾਰ ਸਾਡੇ ਇਤਿਹਾਸ ਨੂੰ
ਲੈ ਕੇ ਇੱਕ ਛੋਟੀ ਜੀ ਬ੍ਰੇਕ ਲਈ ਇੱਥੇ ਸਾਨੂੰ ਰੁਕਣਾ ਪੈ ਰਿਹਾ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਵਿਊਅਰਸ, ਤੁਸੀਂ ਵੀ ਜੁੜੇ ਰਹੋ, ਕਨਵਰਸੇਸ਼ਨ ਤਾਂ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ब्रेक तो बाद एक बार फिर साढ़े का स्वागत, तुम वेख रहे हो साडा स्पैशल थैंक्स गिविंग एपीसोड। तो साढ़े नाल जुड़े हैं जसबीर कौर ओहायो तो, जो कि इस कंट्री के स्कूल सिस्टम विच ऑलमोस्ट 20 साल तो जुड़े हैं। जसबीर जी, थैंक यू सो मच, तुम सानू इन्ने वधिया तरीके नाल इस थैंक्सगिविंग हॉलीडे की थोड़ी जी इतिहास बारे दसिया, जिथे सानू कभी कभार सिर्फ पॉजिटिव चीज़ा सुन के खुशी होंदी है, वो एक डिससर्विस हैगी हिस्टरी नू। तुसी सानू वो सच्चाई दसी जो इस हिस्टरी की थोड़ी जी आपां कह सकते हैं कौड़ी सच्चाई हैगी, बट इट्स इंपोर्टेंट टू नो। बट इन एनी केस ये चीज़ दे नाल साड़ी हिस्टरी भी कुछ चीज़ा शेयर कर दी है, राइट? जदों आपां पंजाब दी गल करिए या कॉलोनाइजेशन दी गल करिए, ये चीज़ दे नाल साड़े व्यूअर्स वाकिफ हैगे, किस तरह दे ओवरलैप्स तुसी सानू दस सकदे हो? हाँ जी, देखो सानू एक चीज समझनी पेगी, क्योंकि पंजाब जो कि साडा दिल दिमाग भावें असीं करोड़ा मील को मील दूर बैठे हैं, साडे दिल च पंजाब वसदा है, उत्थे कुछ भी हुंदा है ते साडी रूह एक बारी तड़फण लग जांदी है। पंजाब देश सीगा अज तो 150 साल पहला एन इंडिपेंडेंट कंट्री, ते जिहड़ा भारत हैगा उहदे अद्धे भारत तों वड्डा सीगा, विच वाज के जिहदियां कंधां नेपाल अफगानिस्तान ते दिल्ली नाल लगदियां सीगियां। कहण दा मतलब इह हैगा कि जी कॉलोनाइजेशन पंजाब च नहीं सी होनी जे साडे जिहड़े जिन्हां नूं असीं गल आया डोगरियां नूं ते गुजरां नूं जिहड़े यूपी दे सी, ਉਹ ਸਿੰਘ ਬਣ ਕੇ ਮਹਾਰਾਜੇ ਦੀ ਫੌਜ ਜਦੋਂ ਆ ਗਏ ਤੇ ਉਹਨਾਂ ਨੇ ਹੀ ਰਾਜ ਵੇਚੇ ਸਨ ਪੂਨੇ ਜਾ ਕੇ, ਤੇ ਸਾਰੀ ਖਾਲਸਾ ਫੌਜ ਮਰਵਾਈ, ਸਭ ਕੁਛ ਕੀਤਾ। ਅਸੀਂ ਉਸ ਹਿਸਟਰੀ 'ਚ ਨਹੀਂ ਜਾ ਰਹੇ, ਲੇਕਿਨ ਉਹਨਾਂ ਦੀ ਬਦੌਲਤ ਗੋਰਿਆਂ ਨੇ ਪੰਜਾਬ 'ਚ ਆ ਕੇ ਪੰਜਾਬ ਨੂੰ ਅਨੈਕਸ ਕਰਤਾ, ਮਤਲਬ ਇਟ ਐਗਜ਼ਿਸਟ ਨੋ ਮੋਰ, ਕਿ ਹੁਣ ਇਹ ਹੈ ਹੀ ਨਹੀਂ। ਤੇ ਮਹਾਰਾਜੇ ਨੂੰ ਛੋਟੇ ਜਿਹੇ ਨੂੰ ਵੀ 11 ਸਾਲ ਦੇ ਨੂੰ ਚੱਕ ਕੇ ਉਹ ਲੈ ਗਏ ਸਨ ਇੰਗਲੈਂਡ, ਤਾਂ ਕਿ ਉਹ ਸਾਰਾ ਕੁਝ ਖਤਮ ਹੋ ਜਾਏ। ਉਸ ਤੋਂ ਬਾਅਦ ਕੀ ਹੋਇਆ, ਪੰਜਾਬ ਨੇ ਹੀ ਲੜਾਈ ਲੜੀ ਸੀ ਪੰਜਾਬ ਦੀ ਆਜ਼ਾਦੀ ਲਈ। ਤੁਹਾਨੂੰ ਗਦਰੀ ਬਾਬਿਆਂ ਦਾ ਪਤਾ ਹੋਣਾ ਹੈ, ਜਿਹੜੇ ਕੈਲੀਫੋਰਨੀਆ ਤੋਂ ਗਏ ਸੀਗੇ, ਉਹ ਕੋਈ ਖੱਬੇ ਪੱਖੀ ਨਹੀਂ ਸੀ, ਉਹ ਸਿੱਖੀ ਦੇ ਵਿੱਚ ਪਰਣਾਏ ਹੋਏ ਸਿੱਖ ਯੋਧੇ ਸੀ, ਜਿਹੜੇ ਪੰਜਾਬ ਨੂੰ ਇੱਥੋਂ ਆਜ਼ਾਦ ਕਰਾਉਣ ਲਈ ਜਹਾਜ਼ ਭਰ ਭਰ ਕੇ ਗਏ, ਤੇ ਉਹ ਆਜ਼ਾਦੀ ਉਹਨਾਂ ਨੇ ਸ਼ੁਰੂ ਕੀਤੀ, ਜਿਹਨੂੰ ਕਿ ਫਿਰ ਇੰਡੀਆ ਦੀ ਆਜ਼ਾਦੀ ਦਾ ਉਹਨਾਂ ਨੇ ਰੰਗ ਦਿੱਤਾ। ਚਲੋ ਇੰਡੀਆ ਦੀ ਆਜ਼ਾਦੀ ਵੀ ਹੋਈ, ਲੇਕਿਨ ਹੋਈ ਕਿੱਥੇ, ਪੰਜਾਬ ਵਿੱਚ ਘਰੋਂ ਵੱਢਿਆ ਇਹਨਾਂ ਨੇ ਜਾਣ ਬੁੱਝ ਕੇ, ਜਿਹੜਾ 47 ਦੀ ਹੁਣ ਥੈਂਕਸਗਿਵਿੰਗ ਦੀ ਕਰੀ, ਜਿੱਦਾਂ ਉਹ ਆਜ਼ਾਦੀ ਮਨਾਉਂਦੇ ਨੇ, ਉਹ ਆਜ਼ਾਦੀ ਨਹੀਂ ਹੈ। ਜੇ ਤੁਹਾਡੇ ਵੀ ਪੇਰੈਂਟਸ ਜਾਂ ਕਈਆਂ ਦੇ ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ, ਕਿਉਂਕਿ ਮੇਰੇ ਦਾਦਕੇ ਮੇਰੇ ਪਾਪਾ ਵੀ 1.5 ਮਹੀਨਾ ਗਵਾਚ ਗਏ ਸਨ ਇੱਕ ਜੱਥੇ ਦੇ ਵਿੱਚ, ਉਹਨਾਂ ਨੂੰ ਤੁਰ ਕੇ ਆਉਣਾ ਪਿਆ ਸੀ ਲਾਹੌਰ ਤੋਂ ਇੱਧਰਲੇ ਪਾਸੇ ਅੰਮ੍ਰਿਤਸਰ, ਕਿਉਂਕਿ ਮੇਰਾ ਪਿੰਡ ਅੰਮ੍ਰਿਤਸਰ 'ਚ ਹੈ। ਤੇ ਉਹਨਾਂ ਦੀ ਸਾਰੀ ਪੜ੍ਹਾਈ, ਉਹਨਾਂ ਨੇ ਇੰਗਲੈਂਡ ਜਾ ਕੇ ਡਾਕਟਰ ਬਣਨਾ ਸੀ, ਸਭ ਕੁਛ ਕਰਨਾ ਸੀ, ਕੁਛ ਵੀ ਨਹੀਂ ਹੋਇਆ। ਇਹੋ ਜਿਹੇ ਲੱਖਾਂ ਕਰੋੜਾਂ ਪਰਿਵਾਰ ਸੀ ਜਿਹੜੇ ਰੁੜ ਗਏ, ਖਤਮ ਕੀਤੇ ਗਏ, ਔਰ ਐਡੀ ਵੱਡੀ ਟ੍ਰਾਂਸ ਮਾਈਗ੍ਰੇਸ਼ਨ ਦੁਨੀਆ 'ਚ ਕਿਤੇ ਹੋਈ ਨਹੀਂ ਹੈ। ਬੇਸ਼ੱਕ ਦੁਨੀਆ ਦੇ ਹਿੱਸੇ ਵੰਡੇ ਗਏ ਨੇ, ਪਰ ਇਹੋ ਜਿਹੀ ਟ੍ਰਾਂਸ ਮਾਈਗ੍ਰੇਸ਼ਨ ਕਿਤੇ ਵੀ ਨਹੀਂ ਹੋਈ। ਸੋ ਸਾਰੀ ਆਜ਼ਾਦੀ, ਬੇਸ਼ੱਕ ਜਸ਼ਨ ਆਜ਼ਾਦੀ ਦੇ ਮਨਾਉਂਦੇ ਨੇ, ਲੇਕਿਨ ਉਦਣ ਪੰਜਾਬ ਦਾ ਸਭ ਤੋਂ ਕਾਲਾ ਦਿਨ ਹੈ ਜਦੋਂ ਪੰਜਾਬ ਨੂੰ ਦੋ ਟੁਕੜਿਆਂ ਵਿੱਚ ਵੱਡਿਆਂ 'ਚ ਵੰਡਿਆ ਗਿਆ, ਫਿਰ ਬਾਅਦ 'ਚ ਤੇ 3 ਟੁਕੜੇ ਹੋਰ ਹੋਏ ਨੇ। ਸੋ ਕਹਿਣ ਦਾ ਮਤਲਬ ਹੈ ਕਿ ਸੇਮ ਚੀਜ਼ ਹੈ ਕਿ ਇੱਕ ਪਾਸੇ ਜਸ਼ਨ ਹੈ ਪਰ ਦੂਜੇ ਪਾਸੇ ਵੱਡਿਆ ਕੀ ਗਿਆ, ਗਵਾਇਆ ਕੀ, ਲੇਕਿਨ 10 ਲੱਖ ਲੋਕ ਜਦੋਂ ਮਰ ਗਏ, ਘਰੋਂ ਬੇਘਰ ਹੋ ਗਏ, ਉਹਨਾਂ ਦੀਆਂ ਜ਼ਮੀਨਾਂ ਗਈਆਂ, ਉਹਨਾਂ ਦੇ ਕਾਰੋਬਾਰ, ਵੱਡੀਆਂ ਵੱਡੀਆਂ ਫੈਕਟਰੀਆਂ ਵਾਲੇ, ਵੱਡੀਆਂ ਵੱਡੀਆਂ ਮਿੱਲਾਂ ਵਾਲੇ ਸਰਦਾਰ ਪੰਜਾਬ 'ਚ ਰਹਿ ਹੀ ਨਹੀਂ ਪਾਏ। ਉਹ ਬੰਬੇ ਰਹਿਣਾ ਪਿਆ ਜਾਂ ਪੂਨੇ ਰਹਿਣਾ ਪਿਆ ਜਾਂ ਸੂਰਤ ਰਹਿਣਾ ਪਿਆ ਜਾਂ ਦੂਰ ਦੂਰ, ਉਹਨਾਂ ਨੂੰ ਅਲੋਟ ਹੀ ਕੁਛ ਨਹੀਂ ਹੋਇਆ ਪੰਜਾਬ। ਸੋ ਕਹਿਣ ਦਾ ਮਤਲਬ ਹੈ, ਉਸ ਤੋਂ ਬਾਅਦ ਆਪਾਂ ਆ ਜਾਈਏ 47 ਤੋਂ ਬਾਅਦ ਵੀ ਇਹ ਸੰਤਾਪ ਨਹੀਂ ਮੁੱਕਿਆ, ਕਿਉਂਕਿ ਫਿਰ ਕਿਹਾ ਗਿਆ ਕਿ ਪੰਜਾਬ ਦਾ ਪਾਣੀ ਖਿੱਚ ਖਿੱਚ ਕੇ ਬਾਹਰ ਦੇ ਦਿਓ, ਤੇ ਪੰਜਾਬ ਬੰਜਰ ਹੁੰਦਾ ਗਿਆ, ਹੌਲੀ ਹੌਲੀ ਹੋ ਰਿਹਾ, ਹੋ ਹੀ ਗਿਆ ਸਮਝ ਲਓ। ਤੇ ਉਹ ਸਾਰਾ ਪਾਣੀ ਜਿਹੜਾ ਜਾ ਰਿਹਾ ਹੈ ਇੰਨੇ ਸਾਲਾਂ ਤੋਂ, ਅਰਬਾਂ ਖਰਬਾਂ ਡਾਲਰਸ ਦਾ, ਉਹਦਾ ਕੋਈ ਮੁਆਵਜ਼ਾ ਨਹੀਂ ਮਿਲਦਾ, ਉਹ ਕਿਉਂਕਿ ਜ਼ਬਰਦਸਤੀ ਉਹ ਜਿਹੜੀ ਹੈਗੀ ਹੈ ਉਹ ਲੁੱਟ ਮੱਚੀ ਹੈ। ਉਸ ਤੋਂ ਬਾਅਦ ਕੀ ਕੀਤਾ ਕਿ ਜੀ ਪਾਣੀ ਧਰਤੀ 'ਚੋਂ ਕੱਢ ਲਓ, ਧਰਤੀ ਥੱਲੇ ਬਹੁਤ ਪਾਣੀ ਹੈ ਪੰਜਾਬ ਦੇ, ਤੇ ਧਰਤੀ 'ਚੋਂ ਕੱਢ ਕੇ ਤੇ ਗ੍ਰੀਨ ਰੈਵੋਲਿਊਸ਼ਨ ਲਿਆਓ, ਕਿਉਂਕਿ ਦੇਸ਼ ਦੇ ਕੋਲ ਖਾਣ ਨੂੰ ਰੋਟੀ ਨਹੀਂ ਹੈਗੀ, ਪੂਰੇ ਭਾਰਤ ਭੁੱਖਾ ਮਰ ਰਿਹਾ। ਬਾਹਰੋਂ ਕਣਕ ਵੀ ਨਹੀਂ ਸੀ ਆਉਂਦੀ, ਉਦੋਂ ਮੈਕਸੀਕਨ ਕਣਕ ਸਾਨੂੰ ਯਾਦ ਹੈ ਛੋਟੇ ਛੋਟੇ ਹੁੰਦੇ ਸੀ, ਤੇ ਕਣਕ ਅਨਫ ਨਹੀਂ ਸੀ ਹੁੰਦੀ ਰੋਟੀ ਖਾਣ ਲਈ, ਤੇ ਕਣਕ ਜਿਹੜੀ ਬਾਹਰੋਂ ਮੰਗਵਾਉਂਦੇ ਸੀ ਤੇ ਅਮਰੀਕਾ ਵੀ ਪੂਰੀ ਕਣਕ ਨਹੀਂ ਸੀ ਦਿੰਦਾ, ਔਰ ਬਹੁਤ ਮਹਿੰਗੀ ਹੁੰਦੀ ਸੀ, ਅੱਧਾ ਭਾਰਤ ਤਾਂ ਭੁੱਖਾ ਮਰਦਾ ਸੀ। ਪੰਜਾਬ ਨੇ ਉਹ ਸਭ ਨੂੰ ਰੋਟੀ ਖਵਾਈ, ਲੇਕਿਨ ਹੋਇਆ ਕਿ ਜ਼ਹਿਰ ਭਰ ਗਿਆ ਧਰਤੀ ਦੇ ਅੰਦਰ,
ਤੇ ਨਾਲ ਸਾਡਾ ਜਿਹੜਾ ਐਗਰੀਕਲਚਰ ਮਾਡਲ ਸੀ ਉਹ ਸਾਰਾ ਖਰਾਬ ਹੋ ਗਿਆ ਉਸ ਕਰਕੇ, ਕਿਉਂਕਿ ਅਰਪਣ ਧਰਤੀ ਚੋਂ ਪਾਣੀ ਖਿੱਚ ਖਿੱਚ ਕੇ, ਕਿਉਂਕਿ ਮੈਨੂੰ ਯਾਦ ਹੈ ਸਾਡੀਆਂ ਜ਼ਮੀਨਾਂ ਨੂੰ ਵੀ ਨਹਿਰਾਂ ਦਾ ਪਾਣੀ ਆਉਣ ਨਹੀਂ ਸੀ ਦਿੰਦੇ, ਉਹਨਾਂ ਡੱਕ ਦਿੱਤਾ ਕਿ ਥੱਲੋਂ ਕੱਢੋ ਸਾਰਾ ਧਰਤੀ ਦੇ ਵਿੱਚੋਂ। ਉਹ ਕੱਢ ਕੱਢ ਕੇ ਕੀਤਾ, ਝੋਨੇ ਲਵਾ ਲਏ, ਕਣਕ ਲਗਵਾ ਲਈ, ਉਹਦੇ ਨਾਲ ਸਾਰੀ ਜਿਹੜੀ ਖਰਾਬੀ ਅੱਜ ਜੋ ਪੰਜਾਬ ਜਿੱਥੇ ਖੜਾ ਹੈ, ਜੇ ਇਸ ਆਤਮਿਕ ਉਹਨੂੰ ਕਹਿਣਾ ਚਾਹੀਦਾ ਹੈ ਕਿ ਸੁਇਸਾਈਡਲ ਦੌਰ ਦੇ ਵਿੱਚ ਜਾ ਰਿਹਾ ਹੈ, ਜਿੱਥੇ ਕਿ ਖਤਮ ਹੋ ਰਿਹਾ ਸਾਰਾ ਕੁਛ, ਤੇ ਹੁਣ ਉਹਨਾਂ ਦੀ ਜ਼ਮੀਨ ਵੀ ਖੋ ਰਹੇ, ਤੁਹਾਨੂੰ ਪਤਾ। ਸੋ ਦੇਰ ਇਜ਼ ਅ ਸਿਮਿਲੈਰਿਟੀ ਕਿ ਇੱਕ ਪਾਸੇ ਤੁਸੀਂ ਜਸ਼ਨ ਮਨਾਓ ਤੇ ਦੂਜੇ ਪਾਸੇ ਜਿਸ ਲੈਂਡ ਨੇ, ਜਿਸ ਧਰਤੀ ਨੇ, ਜਿਹਨਾਂ ਲੋਕਾਂ ਨੇ ਆਪਾਂ ਵਾਰਿਆ ਦੂਜਿਆਂ ਨੂੰ ਬਚਾਉਣ ਲਈ, ਉਹਨਾਂ ਨੂੰ ਖਤਮ ਕਰੀ ਜਾਓ। ਇੱਥੇ ਵੀ ਸੇਮ ਚੀਜ਼ ਹੋਈ ਹੈ, ਸਾਡੇ ਅਮੈਰੀਕਨ ਇੰਡੀਅਨਸ ਦੇਖੋ, ਤੁਹਾਨੂੰ ਦੇਖਿਆ ਨੀ ਲੱਭਦੇ ਕਿਧਰੇ, ਦੇ ਆਰ ਜਸਟ ਅਮੇਜ਼ਿੰਗ ਪੀਪਲ। ਜੇ ਤੁਸੀਂ ਉਹਨਾਂ ਦੀਆਂ ਟ੍ਰੈਡੀਸ਼ਨਸ ਵੇਖੋ, ਜੇ ਤੁਸੀਂ ਉਹਨਾਂ ਦੀ ਪੂਜਾ ਦਾ ਢੰਗ ਦੇਖੋ, ਜੇ ਤੁਸੀਂ ਉਹਨਾਂ ਨੂੰ ਕੁਦਰਤ ਨੂੰ ਪਿਆਰ ਜੇ ਕਰਨਾ ਸਿੱਖਣਾ ਤੇ ਉਹਨਾਂ ਤੋਂ ਸਿੱਖੋ ਜਾਂ ਸਿੱਖਾਂ ਤੋਂ ਸਿੱਖੋ। ਜਿਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਾਣੀ ਨੂੰ ਪਿਤਾ ਕਿਹਾ ਗਿਆ ਹੈ, ਧਰਤੀ ਨੂੰ ਮਾਂ ਕਿਹਾ ਗਿਆ ਹੈ, ਪਵਨ ਨੂੰ ਗੁਰੂ ਕਿਹਾ ਗਿਆ ਹੈ। ਜਿਹੜੀ ਹਵਾ ਹੈ ਉਹ ਇੰਨੀ ਇੰਪੋਰਟੈਂਟ ਤੇ ਸੁੱਚੀ ਸੱਚੀ ਹੈ, ਬੰਦਿਆਂ ਤੂੰ ਪੂਜ ਹਵਾ ਨੂੰ, ਹਵਾ ਦੇ ਵਿੱਚ ਗੰਦਗੀ ਨਾ ਘੋਲ, ਹਵਾ ਨੂੰ ਖਰਾਬ ਨਾ ਕਰ, ਇਹਦੇ ਚ ਧੂੰਏ ਨਾ ਮਚਾ, ਇਹਦੇ ਚ ਇੰਨੀਆਂ ਫੈਕਟਰੀਆਂ ਦਾ ਜ਼ਹਿਰ ਨਾ ਘੋਲ, ਕਿਉਂਕਿ ਹਰ ਬੰਦੇ ਨੂੰ ਫ੍ਰੀ ਚ ਮਿਲੀ ਹੋਈ ਹੈ ਹਵਾ, ਉਹਨੂੰ ਹਜੇ ਤੱਕ ਕੈਦ ਨੀ ਕਰ ਸਕਿਆ ਬੰਦਾ। ਪਾਣੀ ਨੂੰ ਤੇ ਕਰ ਲਿਆ ਤੇ ਧਰਤੀ ਤੇ ਕੀਤੀ ਹੋਈ ਹੈ, ਪਰ ਹਵਾ ਨੂੰ ਹਜੇ ਤੱਕ ਕੈਦ ਨੀ ਕਰ ਸਕਿਆ। ਹਾਲੇ ਹਵਾ ਅਸੀਂ ਆਕਸੀਜਨ ਦੇ ਸਿਲੰਡਰ ਚੁੱਕ ਚੁੱਕ ਕੇ ਨੀ ਤੁਰਦੇ, ਹਲੇ ਬਚੇ ਹੋਏ ਆ। ਸੋ ਵੀ ਨੀਡ ਟੂ ਵਰਸ਼ਿਪਿੰਗ ਹੁੰਦੀ ਹੈ ਜਦੋਂ ਅਸੀਂ ਕਿਸੇ ਚੀਜ਼ ਦੀ ਇੰਨੀ ਇੱਜ਼ਤ ਤੇ ਮਾਣ ਕਰੀਏ ਕਿ ਆਪਣੀ ਜਾਨ ਤੋਂ ਜ਼ਿਆਦਾ ਸਾਨੂੰ ਉਹਦੀ ਫਿਕਰ ਹੋਏ, ਭਾਵੇਂ ਉਹ ਪਾਣੀ ਹੋਵੇ ਸਾਡਾ, ਚਾਹੇ ਧਰਤੀ ਹੋਏ, ਚਾਹੇ ਸਾਡੀ ਹਵਾ ਹੋਏ, ਉਹਨਾਂ ਨੂੰ ਸਾਨੂੰ ਹਰ ਰੋਜ਼ ਉਹਨਾਂ ਲਈ ਸ਼ੁਕਰਾਨਾ ਕਰਨਾ ਚਾਹੀਦਾ। ਦੈਟਸ ਵਾਟ ਇੰਡੀਜੀਨੀਅਸ ਜਿਹੜੇ ਪੀਪਲ ਸੀਗੇ ਇੱਥੋਂ ਦੇ, ਜਿਹੜੇ ਅਮੈਰੀਕਨ ਇੰਡੀਅਨ ਸਾਡੇ ਭੈਣ ਭਰਾ, ਉਹ ਇਹੀ ਕਰਦੇ ਸੀ। ਹੁਣੇ ਵੀ ਤੁਸੀਂ ਦੇਖਿਆ ਹੋਗਾ ਕੋਲੋਰਾਡੋ ਦੇ ਵਿੱਚ ਕਿੰਨਾ ਵੱਡਾ ਉਹਨਾਂ ਦਾ ਮੁਜ਼ਾਹਰਾ ਚੱਲਿਆ, ਜਦੋਂ ਕਹਿੰਦੇ ਸੀ ਗੈਸ ਪਾਈਪ ਲਾਈਨ ਸਾਡੀ ਹੋਲੀ ਲੈਂਡ ਹੈ, ਨਾ ਇਹਦੇ ਚੋਂ ਕੱਢਣ ਦਿਓ। ਤੇ ਉਹਨਾਂ ਨੂੰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਇਸ ਦਿਨ ਦੇ ਉੱਤੇ, ਕਿਉਂਕਿ ਉਹਨਾਂ ਦੀ ਬਦੌਲਤ ਹੀ ਇਹ ਛੁੱਟੀ ਆਈ। ਜੇ ਉਹ ਨਹੀਂ ਕਰਦੇ ਸਾਰਾ ਕੁਛ, ਜਿਹੜੇ ਆਉਣ ਵਾਲੇ ਇੱਥੇ ਮਹਿਮਾਨ ਸੀ ਜਾਂ ਬਾਹਰੋਂ ਜਿਹੜੇ ਲੋਕ ਆਏ ਸੀ, ਜੇ ਉਹਨਾਂ ਨੂੰ ਉਹ ਨਾ ਇੰਨਾ ਸਪੋਰਟ ਦਿੰਦੇ, ਇੰਨੀ ਹੈਲਪ ਦਿੰਦੇ, ਇੰਨੀ ਮਦਦ ਦਿੰਦੇ, ਤੇ ਉਹ ਇੱਥੇ ਕਦੇ ਵੀ ਨਹੀਂ ਸੀ ਕਾਮਯਾਬ ਹੋ ਸਕਦੇ। ਸਾਨੂੰ ਵੀ ਸਭ ਨੂੰ ਸੇਮ ਤਰੀਕੇ ਨਾਲ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ, ਸ਼ੇਅਰ ਕਰਨਾ ਚਾਹੀਦਾ, ਲੇਕਿਨ ਸਾਨੂੰ ਉਹਨਾਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਮੇਰੇ ਕੋਲ ਸ਼ਬਦ ਨਹੀਂ ਹੈਗੇ ਜਿੰਨੀ ਤੁਸੀਂ ਪਰਫੈਕਟਲੀ ਇਸ ਸਿਚੁਏਸ਼ਨ ਨੂੰ ਕੰਟੈਕਸਟ ਦਿੱਤਾ ਸਾਡੇ ਵਿਊਅਰਸ ਲਈ, ਕਿ ਇੱਕ ਪਾਸੇ ਜਦੋਂ ਆਪਾਂ ਥੈਂਕਸਗਿਵਿੰਗ ਦੇ ਬਾਰੇ ਸੋਚਦੇ ਹਾਂ, ਸਾਡੇ ਮਨੋਂ ਉਹੀ ਗੱਲ ਆਉਂਦੀ ਹੈ ਖਾਣ ਪੀਣ ਅਤੇ ਸ਼ੋਪਿੰਗ 'ਤੇ, ਰਾਈਟ, ਕਿ ਮਜ਼ੇ ਹੋਣਗੇ, ਪਾਰਟੀ ਹੋਣਗੀ, ਬਟ ਸਾਨੂੰ ਜ਼ਰੂਰ ਦੋ ਪਲ ਲੈ ਕੇ ਸੋਚਣਾ ਚਾਹੀਦਾ ਕਿ ਕਿਉਂ ਇਹ ਸਾਨੂੰ ਇਹ ਬਦੌਲਤ, ਇਹ ਹੋਲੀਡੇ ਮਿਲ ਰਹੀ ਹੈ, ਕਿਉਂ ਆਪਾਂ ਇਹਨੂੰ ਇੰਜੋਏ ਕਰ ਪਾ ਰਹੇ ਹਾਂ ਫੈਮਿਲੀ ਦੇ ਨਾਲ ਛੁੱਟੀ ਲੈ ਕੇ। ਜਸਬੀਰ ਕੌਰ ਜੀ, ਥੈਂਕ ਯੂ ਸੋ ਸੋ ਮੱਚ, ਤੁਸੀਂ ਸਾਡੇ ਨਾਲ ਜੁੜੇ ਥੈਂਕਸਗਿਵਿੰਗ ਦੇ ਮੌਕੇ 'ਤੇ, ਐਂਡ ਇੰਨੇ ਵਧੀਆ ਤਰੀਕੇ ਨਾਲ ਸਾਡੇ ਵਿਊਅਰਸ ਨੂੰ ਥੋੜ੍ਹਾ ਜਿਹਾ ਇਤਿਹਾਸ, ਥੋੜ੍ਹੀ ਜਿਹੀ ਸੱਚਾਈ ਇਸ ਹੋਲੀਡੇ ਬਾਰੇ ਦੱਸੀ। ਐਂਡ ਕਿਸ ਤਰ੍ਹਾਂ ਇਹਨੂੰ ਅੱਜ ਮਨਾਇਆ ਜਾਂਦਾ ਹੈ, ਜਾਂ ਕਿਹਦੇ ਕਿਸ ਤਰ੍ਹਾਂ ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ, ਜਿੱਥੇ ਸਾਡੇ ਸੱਭਿਆਚਾਰ ਐਂਡ ਇਤਿਹਾਸ ਵਿੱਚ ਇੰਨੀ ਜ਼ਿਆਦਾ ਕੋਮਨੈਲਿਟੀਜ਼ ਹਨ, ਇੱਥੇ ਦੇ ਰਹਿਣ ਵਾਲੇ ਓਰਿਜਨਲ ਸੈਟਲਰਸ, ਓਰਿਜਨਲ ਅਮੈਰੀਕਨ, ਨੇਟਿਵ ਅਮੈਰੀਕਨਸ ਦੇ ਨਾਲ। ਵਾਂਸ ਅਗੇਨ ਥੈਂਕ ਯੂ ਫੋਰ ਜੁਆਇਨਿੰਗ ਅਸ ਜਸਬੀਰ ਜੀ, ਹੈਵ ਅ ਗੁੱਡ ਰੈਸਟ ਆਫ ਯੂਰ ਈਵਨਿੰਗ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਦੇ ਸਾਰੇ ਜਿੰਨੇ ਵੀ ਸਰੋਤੇ ਸੁਣਨ ਵਾਲੇ ਨੇ, ਹੈਪੀ ਥੈਂਕਸਗਿਵਿੰਗ ਸਭ ਨੂੰ, ਤੇ ਸਾਰੇ ਇੱਕ ਦੂਜੇ ਨੂੰ ਪਿਆਰ ਕਰੋ, ਕੇਅਰ ਤੇ ਸ਼ੇਅਰ ਕਰੋ, ਤੇ ਆਪਣੇ ਸੱਚੇ ਇਤਿਹਾਸ ਨੂੰ ਜ਼ਰੂਰ ਯਾਦ ਰੱਖੋ ਜੀ। ਥੈਂਕ ਯੂ ਸੋ ਮਚ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਸੋ ਇਹ ਸੀਗੇ ਜਸਬੀਰ ਕੌਰ ਜੀ, ਜਿਨ੍ਹਾਂ ਨੇ ਇੰਨੇ ਵਧੀਆ ਤਰੀਕੇ ਨਾਲ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਇਹ ਹੋਲੀਡੇ ਮਨਾਈ ਜਾਂਦੀ ਹੈ ਐਂਡ ਕਿਸ ਤਰ੍ਹਾਂ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਬਟ ਇਹ ਤਿਉਹਾਰ ਆਪਾਂ ਕਹਿ ਸਕਦੇ ਹਾਂ ਬੱਚਿਆਂ ਦੇ ਵਿੱਚ ਬੜੇ ਪੋਜ਼ਿਟਿਵ ਤਰੀਕੇ ਨਾਲ, ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ, ਖਾਸ ਕਰਕੇ ਜੋ ਸਕੂਲ ਵਿੱਚ ਇਹਨੂੰ ਸੈਲੀਬ੍ਰੇਟ ਕਰਦੇ ਆ ਆਪਣੇ ਫਰੈਂਡਸ ਦੇ ਨਾਲ, ਟੀਚਰਸ ਦੇ ਨਾਲ। ਅਤੇ ਮੈਂ ਕੁਝ ਬੱਚਿਆਂ ਨੂੰ ਲੈ ਕੇ ਆਉਣਾ ਚਾਹੁੰਦੀ ਹਾਂ ਅਤੇ ਉਹਨਾਂ ਤੋਂ ਆਪਾਂ ਸੁਣਾਂਗੇ ਇਸ ਛੋਟੀ ਜਿਹੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ, ਤੁਸੀਂ ਵੇਖ ਰਹੇ ਹੋ ਸਾਡਾ ਸਪੈਸ਼ਲ ਥੈਂਕਸਗਿਵਿੰਗ ਐਪੀਸੋਡ ਮੁੱਦੇ ਦਾ। ਐਂਡ ਆਈ ਥਿੰਕ ਜਿਸ ਤਰ੍ਹਾਂ ਸਾਡੇ ਗੈਸਟ ਨੇ ਸਾਨੂੰ ਦੱਸਿਆ, ਸਭ ਤੋਂ ਜ਼ਿਆਦਾ ਇਸ ਹੋਲੀਡੇ ਨੂੰ ਜਦੋਂ ਆਪਾਂ ਸੋਚਦੇ ਹਾਂ, ਮਨਾਉਂਦੇ ਹਾਂ, ਸਾਨੂੰ
ਸ਼ੁਕਰਾਨਾ ਕਰਨਾ ਚਾਹੀਦਾ ਹੈ, ਸਾਨੂੰ ਕੀ ਕੁਝ ਮਿਲਿਆ, ਕੀ ਸਾਡੀ ਬਲੇਸਿੰਗਸ ਹਨ, ਕਿਹਦੇ ਲਈ ਆਪਾਂ ਥੈਂਕਫੁਲ ਹੈਗੇ, ਚਾਹੇ ਉਹ ਤੁਹਾਡਾ ਪਰਿਵਾਰ ਹੋਏ, ਤੁਹਾਡੀ ਸਿਹਤ ਹੋਏ, ਤੁਹਾਡਾ ਕਾਰੋਬਾਰ, ਤੁਹਾਡੀ ਕੋਈ ਵੀ ਇਸ ਤਰ੍ਹਾਂ ਦੀ ਕਲਾ ਜੋ ਦੂਜਿਆਂ ਨੂੰ ਖੁਸ਼ੀ ਪਹੁੰਚਾਉਂਦੀ ਹੈ, ਕੋਈ ਵੀ ਉਹ ਚੀਜ਼ ਹੋਏ, ਉਹਦੇ ਲਈ ਥੋੜ੍ਹਾ ਜਿਹਾ ਸ਼ੁਕਰਾਨਾ ਕਰੋ ਅਤੇ ਫੈਮਿਲੀ ਦੇ ਨਾਲ ਟਾਈਮ ਇੰਜੋਏ ਕਰੋ। ਇਹ ਹੋਲੀਡੇ ਅਲਟੀਮੇਟਲੀ ਇੱਕ ਦੂਜੇ ਦੀ ਕੰਪਨੀ ਅਤੇ ਜੋ ਸਾਨੂੰ ਬਲੈਸਿੰਗਸ ਮਿਲੀਆਂ ਕੁਦਰਤ ਤੋਂ, ਨੇਚਰ ਤੋਂ, ਉਹਨਾਂ ਨੂੰ ਇੰਜੋਏ ਕਰਨ ਦਾ ਦਿਨ ਹੈਗਾ। ਭਾਵੇਂ ਇਹਦੀ ਇਤਿਹਾਸ ਸਾਨੂੰ ਥੋੜ੍ਹਾ ਜਿਹਾ ਆਪਾਂ ਕਹਿ ਸਕਦੇ ਹਾਂ, ਇਸ ਚੀਜ਼ ਨੂੰ ਸੁਣ ਕੇ, ਇਹਦੇ ਇਤਿਹਾਸ ਨੂੰ ਸੁਣ ਕੇ ਸਾਨੂੰ ਬੁਰਾ ਵੀ ਲੱਗਦਾ ਕਿ ਇਹ ਹਿਸਟਰੀ ਕਿਸ ਤਰ੍ਹਾਂ ਜੋ ਨੇਟਿਵ ਅਮੈਰੀਕਨਸ ਜੋ ਇੱਥੇ ਦੇ ਓਰਿਜਨਲ ਸੀਗੇ ਉਹਨਾਂ ਦੇ ਨਾਲ ਵਾਪਰੀ। ਇਹ ਇਟਸ ਨਾਟ ਅ ਪੋਜ਼ਿਟਿਵ ਥਿੰਗ, ਉਹਨਾਂ ਲਈ ਇਹ ਤਿਉਹਾਰ ਨਹੀਂ ਹੈ, ਹੋਲੀਡੇ ਨਹੀਂ ਹੈਗੀ, ਬਟ ਸਾਡੇ ਲਈ ਇੱਕ ਲੈਸਨ ਹੋਣਾ ਚਾਹੀਦਾ ਹਿਸਟਰੀ ਦੇ ਵਿੱਚ ਕਿ ਹਿਸਟਰੀ ਜਿਸ ਤਰ੍ਹਾਂ ਵੀ ਪਲੇ ਆਊਟ ਹੁੰਦੀ ਹੈ ਸਾਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਉਹਨਾਂ ਨੂੰ ਜਿਨ੍ਹਾਂ ਨੇ ਸਭ ਤੋਂ ਕੀਮਤੀ ਪ੍ਰਾਈਸ ਦਿੱਤਾ ਸਾਡੀ ਅੱਜ ਇਸ ਆਪਾਂ ਕਹਿ ਸਕਦੇ ਹਾਂ ਇਨ ਬਲੈਸਿੰਗਸ ਲਈ। ਬਟ ਕਮਿੰਗ ਬੈਕ, ਇਸ ਹੋਲੀਡੇ ਨੂੰ ਬੱਚੇ ਸਭ ਤੋਂ ਜ਼ਿਆਦਾ ਮਨਾਉਂਦੇ ਹੈ, ਸੋ ਮੈਂ ਅੱਜ ਥੋੜ੍ਹਾ ਜਿਹਾ ਉਹਨਾਂ ਤੋਂ ਸੁਣਨਾ ਚਾਹੁੰਦੀ ਹਾਂ ਕਿ ਇਸ ਹੋਲੀਡੇ ਦੇ ਵਿੱਚ ਸਕੂਲਾਂ ਦੇ ਵਿੱਚ ਕਿਨੂੰ ਕਿਸ ਤਰ੍ਹਾਂ ਇਹਨੂੰ ਮਨਾਇਆ ਜਾ ਰਿਹਾ, ਇਸ ਸਾਲ ਕੋਵਿਡ ਨੂੰ ਲੈ ਕੇ ਕਿਸ ਤਰ੍ਹਾਂ ਇਸ ਹੋਲੀਡੇ ਨੂੰ ਮਨਾਇਆ ਜਾ ਰਿਹਾ ਅਤੇ ਕੀ ਕੁਛ ਸਾਡੇ ਬੱਚੇ ਸਾਨੂੰ ਦੱਸ ਸਕਦੇ ਹੈ ਇਸ ਹੋਲੀਡੇ ਬਾਰੇ। ਸੋ ਸੁਣਦੇ ਹਾਂ ਥੋੜ੍ਹੇ ਜਿਹੇ ਮੈਸੇਜਸ ਵੱਖ ਵੱਖ ਬੱਚਿਆਂ ਤੋਂ ਆਲ ਓਵਰ ਦ ਕੰਟਰੀ ਥੈਂਕਸਗਿਵਿੰਗ ਨੂੰ ਲੈ ਕੇ। Everyone, my name is Manpreet and I'm a sophomore in high school. Hi, my name is Mirpreet and I'm in 6th grade. Today we're here to talk about Thanksgiving and what it means to our family. I am thankful for my family and all the blessings. We all get together and celebrate having each other and eat delicious food together. We look forward to having Thanksgiving every year. And I would like to share this poem. In the spirit of Thanksgiving, I thank God for giving us a comfort life. We saw a lot of ups and downs this year. Let's remember the souls who left but made us cheer. Let's take a moment to thank our mom and dad for their sacrifices to give us a better life. We are glad. Let's celebrate this day and not miss any opportunity. Let's thank and pray God to maintain our family unity. Thanksgiving is a holiday where we all get together and count our blessings while eating delicious food. This year, Thanksgiving will be a little different due to COVID with all the guidelines and social distancing. But it is still very important to count your blessings and remember how thankful you are for everything God gives you every single day. Happy Thanksgiving to all! ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅੰਮ੍ਰਿਤ ਕੌਰ ਹੈ ਅਤੇ ਮੈਂ ਹਾਈ ਸਕੂਲ ਵਿੱਚ ਸੀਨੀਅਰ ਹਾਂ। ਸਕੂਲ ਵਿੱਚ ਸਿਖਾਇਆ ਜਾਂਦਾ ਹੈ ਕਿ ਥੈਂਕਸਗਿਵਿੰਗ ਵਾਲੇ ਦਿਨ ਪਿਲਗ੍ਰਿਮਸ ਅਮੈਰੀਕਾ ਆਏ ਅਤੇ ਅਮੈਰੀਕਾ ਦੇ ਮੂਲ ਨਿਵਾਸੀ ਲੋਕਾਂ ਨੇ ਆਪਣਾ ਖਾਣਾ ਉਹਨਾਂ ਨਾਲ ਸਾਂਝਾ ਕੀਤਾ। ਪਰ ਇੱਕ ਸੱਚ ਇਹ ਵੀ ਹੈ ਕਿ ਉਹ ਸਾਂਝ ਤੋਂ ਬਾਅਦ ਪਿਲਗ੍ਰਿਮਸ ਨੇ ਮੂਲ ਨਿਵਾਸੀ ਲੋਕਾਂ ਦੀ ਨਸਲਕੁਸ਼ੀ ਯਾਨੀ ਕਿ ਜੈਨੋਸਾਈਡ ਕੀਤੀ ਅਤੇ ਉਹਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ। ਅੱਜ ਵੀ ਜਿਹੜੇ ਵੱਖ ਵੱਖ ਦੇਸ਼ਾਂ ਵਿੱਚ ਘੱਟ ਗਿਣਤੀ ਦੇ ਲੋਕ ਨੇ ਉਹਨਾਂ ਦੀ ਸਿਸਟਮੈਰਿਕ ਨਸਲਕੁਸ਼ੀ ਹੋ ਰਹੀ ਹੈ। ਮੈਂ ਧੰਨਵਾਦੀ ਹਾਂ ਕਿ ਆਪਾਂ ਨੂੰ ਸੱਚ ਦੀ ਖੋਜ ਕਰਨ ਦਾ ਮੌਕਾ ਮਿਲ ਰਿਹਾ ਅਤੇ ਆਪਾਂ ਨੂੰ ਸਭ ਨੂੰ ਇਤਿਹਾਸ ਦੀ ਸੱਚਾਈ ਤੋਂ ਵਾਕਫ ਜ਼ਰੂਰ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। My name is Harshdeep Kaur. I'm 9 years old and I live in Plano, Texas. I go to Harrington Elementary and what have I learned from Thanksgiving is what you're supposed to be thankful for. And I'm thankful for food, health, and prosperity. I want to say thank you to Babaji for giving me all those things. And I pray to Babaji that he gives everybody in the world food, health, and prosperity. Thank you. Bye. Hello, my name is Savraj Singh and I go to Haggard Middle School. I am 12 years old and I live in Plano, Texas. And what I want to say for Thanksgiving is we all have to share with the needy. And I pray to Babaji that he gives everyone in the world food, health, and prosperity. Thank you. Hi, my name is Hannah Singh and this is Haley Singh. Mm-hmm. We are 8 years old and we are twins. Mm-hmm. And we live in McKinney, Texas. And the school we go to is Imagine Academy. And what we learned about Thanksgiving, they didn't eat any turkey in the first Thanksgiving. They only ate fish, goose, and duck.
Bye. Wow. Sun ke sare messages, of course, dil nu khushi bhi hundi hai, te eh bhi lagda hai, like, so good to be a kid, right? Tusi ek hor hi duniya hundi hai, jadon tuhadi umar inni choti hundi hai, tension kam hundi hai, te masti, hasi mazak da mahol, sara hi time chalda rehnda hai. But anyways, ede naal hi program di samapti karde hain. Umeed hai ke tuhanu sada special Thanksgiving episode vadhiya lagya hoega. And that tusi thoda ja aj relax kita, safety maintain ki, ज़्यादा इकट्ठे नहीं हुए वड्डी गिनती च गाइडलाइनस नू फॉलो किया एंड मोर देन एनीथिंग एल्स शुकराना बनाया उन सारी ब्लैसिंग्स लई जो अज आपां इंजॉय कर रहे हैं। इहदे नाल ही मैनू दिओ इजाजत, सत श्री अकाल।